ਲਾਭ ਪ੍ਰਵਿਰਤੀ ਕਰਮ ਜਦੋਂ ਬਾਣੀ ਪੜ੍ਹੀ ਜਾਏਗੀ ਸਾਧ ਸੰਗਤ ਲਾਭ ਦਾ ਅਰਥ ਵੀ ਵਿਦਵਾਨਾਂ ਨੇ ਜੋੜਨਾ ਕੀਤਾ, ਵੈਸੇ ਕਈ ਵਿਦਵਾਨਾਂ ਨੇ ਕੱਟਣਾ ਵੀ ਕੀਤਾ, ਪਰ ਇਹ ਲਾਭ ਦਾ ਅਰਥ ਵੀ ਜੋੜਨਾ। ਇਹਦੇ ਵਿੱਚ ਇਹ ਧਿਆਨ ਰੱਖਿਓ, ਜਦੋਂ ਲਾਮਾਂ ਦਾ ਪਾਠ ਸ਼ੁਰੂ ਹੋਣਾ ਹੈ, ਲਾਮਾਂ ਉਹੀ ਹੋਣਗੀਆਂ ਸਾਰਿਆਂ ਦੇ ਆਨੰਦ ਕਾਰਜ ਜਿਹਦੇ ਵੀ ਹੋਣਗੇ, ਚਾਰ ਲਾਮਾਂ ਤਾਂ ਉਹੀ ਪੜੀਆਂ ਜਾਣੀਆਂ ਵੱਖਰੀਆਂ ਨੇ, ਪਰ ਇੱਕ ਚੀਜ਼ ਬੜੀ ਕਮਾਲ ਦੀ ਹੈ, ਦੋ ਅਰਦਾਸਾਂ ਹੋਣੀਆਂ ਨੇ, ਦੋ ਹੁਕਮਨਾਮੇ ਹੋਣੇ ਨੇ, ਹੁਕਮਨਾਮੇ ਵੱਖਰੇ ਵੱਖਰੇ ਹੋਣਗੇ, ਕਿਸੇ ਦੇ ਆਨੰਦ ਘਰ ਤੇ ਕੋਈ ਹੁਕਮਨਾਮਾ ਆ ਰਿਹਾ, ਕਿਸੇ ਦੇ ਆਨੰਦ ਘਰ ਤੇ ਕੋਈ ਲਾਮਾ, ਉਹੀ ਉਹ ਪੜੀਆਂ ਗਈਆਂ ਨੇ। ਉਹ ਧਿਆਨ ਨਾਲ ਗੁਰੂ ਦਾ ਹੁਕਮ ਸੁਣਨਾ ਚਾਹੀਦਾ, ਪਹਿਲਾਂ ਇੱਕ ਹੁਕਮਨਾਮਾ ਲੈਣਾ, ਛੋਟੀ ਅਰਦਾਸ ਹੋਣੀ ਹੈ, ਬੱਚਾ ਬੱਚੀ ਖੜਨਗੇ, ਦੋਵਾਂ ਦੇ ਪੇਰੈਂਟਸ ਖੜਨਗੇ, ਅੱਗਿਆ ਲੈਣੀ ਹੈ, ਉਦੋਂ ਮਹਾਰਾਜ ਹੁਕਮ ਦੇਣਗੇ, ਫਿਰ ਲਾਮਾਂ ਦਾ ਪਾਠ ਹੋਣਾ, ਫਿਰ ਅਖੀਰ ਤੇ ਹੁਕਮ ਦੇਣਗੇ। ਵਿਚਕਾਰ ਜਦੋਂ ਅਰਦਾਸ ਕਰਕੇ ਹੁਕਮ ਲੈ ਕੇ ਪੱਲਾ ਫੜਾਉਣ ਦੀ ਗੱਲ ਚੱਲਣੀ ਹੈ, ਇਹ ਬੜਾ ਅਹਿਮ ਅੰਗ ਹੈ। ਪਿਓ ਜਦੋਂ ਆਪਣੀ ਧੀ ਦਾ ਪੱਲਾ ਫੜਾਉਂਦਾ, ਕਿੰਨਾ ਵੀ ਦਿਲੋਂ ਸਖਤ ਹੋਵੇ, ਸੱਜਣੋ ਧੀ ਦੇ ਹੱਥ ਪੱਲਾ ਫੜਾਉਣ ਲੱਗਿਆਂ ਇਹ ਸੱਚ ਹੈ, ਉਹਦੇ ਹੰਝੂ ਜ਼ਰੂਰ ਆ ਜਾਂਦੇ ਨੇ। ਮੈਂ 25 ਸਾਲ ਪਾਲਿਆ ਆਪਣੀ ਧੀ ਨੂੰ, ਅੱਜ ਕਿਸੇ ਹੋਰ ਦੇ ਲੜ ਲਾਉਣ ਲੱਗੇ, ਇਹ ਸਭ ਤੋਂ ਕੀਮਤੀ ਪ੍ਰੋਪਰਟੀ ਹੈ, ਸਭ ਤੋਂ ਕੋਸਟਲੀ ਪ੍ਰੋਪਰਟੀ ਸੀ। ਜਦੋਂ ਉਹ ਪਿਓ ਦੀਆਂ ਅੱਖਾਂ ਵਿੱਚ ਹੰਝੂ ਆਉਂਦੇ ਨੇ, ਉਦੋਂ ਸ਼ਬਦ ਪੜਿਆ ਜਾਂਦਾ ਹੈ, ਕੀਰਤਨੀ ਇੱਥੋਂ ਸ਼ਬਦ ਪੜਨਗੇ। ਉਸਤਤ ਨਿੰਦਾ ਨਾਨਕ ਜੀ, ਮੈਂ ਹੱਬ ਵਿਝਾਈ ਛੋੜਿਆ, ਹੱਬ ਕੁਛ ਤਿਆਗੀ, ਹੱਬੇ ਸਾ ਕੋ ਕੂੜਾ ਵੜੇ ਡਿੱਠੇ ਤੋ ਪੱਲੇ ਤਿੰਡੇ ਲਾਗੀ। ਭਾਵੇਂ ਇਹਦਾ ਭਾਵ ਅਧਿਆਤਮਕ ਹੈ, ਪਰ ਉਸ ਵਕਤ ਬੱਚਿਆਂ ਵਾਸਤੇ ਉਹ ਸ਼ਬਦ ਪੜਿਆ ਗਿਆ, ਉਹਦੀ ਇੱਕ ਮਹੱਤਤਾ ਸੀ। ਬੇਟਾ ਅੱਜ ਤੈਨੂੰ ਇਹਦੇ ਲੜ ਲਾਇਆ, ਤੂੰ ਦੋ ਚੀਜ਼ਾਂ ਦਾ ਖਿਆਲ ਰੱਖਣਾ ਹੈ, ਜੇ ਲੜ ਲੱਗੀ ਨਿਭਣਾ ਚਾਹੁੰਦੀ ਵੀ ਨਿਭ ਜਾਏ ਤਾਂ ਉਸਤਤ ਨਿੰਦਾ ਦੋ ਹੀ ਛੱਡਣੀਆਂ ਪੈਣਗੀਆਂ। ਮੈਂ ਇਹਨੂੰ ਇਸ ਤਰੀਕੇ ਨਾਲ ਬਿਆਨ ਕਰਦਾ ਹੁੰਦਾ, ਅਰਥਾਂ ਦਾ ਕੋਈ ਦਾਵਾ ਨਹੀਂ ਹੈ। ਕਥਾਵਾਚਕ ਦੇ ਸ਼ਬਦ ਮੁੱਕ ਸਕਦੇ ਨੇ, ਉਹਦਾ ਵਿਖਿਆਨ ਮੁੱਕ ਸਕਦਾ ਹੈ, ਉਹਦੀ ਕਹਿਣ ਦੀ ਸੀਮਾ ਸ਼ਕਤੀ ਮੁੱਕ ਸਕਦੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਵਿਆਖਿਆ ਜਿਹੜੀ ਹੈ ਉਹ ਕਦੇ ਪੂਰੀ ਨਹੀਂ ਹੋ ਸਕਦੀ, ਉਹ ਕਦੇ ਪੂਰੀ ਨਹੀਂ ਹੋ ਸਕਦੀ। ਜਦੋਂ ਉਸਤਤ ਨਿੰਦਾ ਦਾ ਸ਼ਬਦ ਪੜਿਆ, ਦੋਵੇਂ ਛੱਡਣ ਦੀ ਲੋੜ ਕਹੀ, ਨਿੰਦਿਆ ਤਾਂ ਚਲੋ ਮਾੜੀ ਹੈ, ਉਸਤਤ ਕਿਉਂ ਛੱਡਣੀ ਹੈ ਬਈ, ਨਿੰਦਿਆ ਤਾਂ ਮਾੜੀ ਹੈ। ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਕਤ ਕਰਨ, ਇਹ ਤੇ ਗੱਲ ਠੀਕ ਹੈ, ਪਰ ਉਸਤਤ ਕਿਉਂ ਤਿਆਗਣੀ ਹੈ। ਉਹ ਬਹੁਤ ਵਿਚਾਰਮਨ ਬੰਦਿਆਂ ਕੋਲੋਂ, ਇਹ ਬਜ਼ੁਰਗਾਂ ਤੋਂ ਮੈਂ ਸਿੱਖਿਆ, ਧੀਏ ਅੱਜ ਤੇਰੇ ਆਨੰਦ ਕਾਰਜ ਹੋਣ ਲੱਗੇ ਨੇ, ਜਿਹਦੇ ਲੜ ਲਾਇਆ ਹੁਣ ਸਹੁਰੇ ਘਰ ਜਾ ਕੇ ਇਸ ਗੱਲ ਦਾ ਖਿਆਲ ਰੱਖੀ, ਉੱਥੇ ਕਿਤੇ ਪੇਕਿਆਂ ਦੀ ਉਸਤਤ ਨਾ ਕਰੀ ਜਾਈ, ਸਹੁਰੇ ਘਰ ਵਿੱਚ ਵਸਣਾ ਔਖਾ ਹੋ ਜਾਏਗਾ। ਪੇਕੇ ਘਰ ਵਿੱਚ ਆ ਕੇ ਸਹੁਰਿਆਂ ਦੀ ਨਿੰਦਿਆ ਨਾ ਕਰੀ, ਦੋਏ ਚੀਜ਼ਾਂ ਤਿਆਗਣੀਆਂ ਪੈਣਗੀਆਂ, ਕਿਉਂ, ਜਿਸ ਘਰ ਵਿੱਚ ਵਿਆਹੀ ਜਾ ਰਹੀ ਹੈ ਉੱਥੇ ਹੋ ਸਕਦਾ ਪੇਕਿਆਂ ਵਰਗਾ ਮਾਹੌਲ ਨਹੀਂ ਹੋਏਗਾ, ਉਸ ਘਰ ਵਿੱਚ ਉਹਨਾਂ ਦਾ ਵੱਖਰਾ ਮਾਹੌਲ ਹੈ, ਤੈਨੂੰ ਉਹਦੇ ਮੁਤਾਬਕ ਆਪਣੇ ਆਪ ਨੂੰ ਆਫਟਰ ਮੈਰਿਜ ਆਪਣਾ ਸੁਭਾਅ ਆਪਣੀਆਂ ਹੈਬਿਟਸ ਚੇਂਜ ਕਰਨੀਆਂ ਪੈਣਗੀਆਂ। ਜਿਹੜੀਆਂ ਬੱਚੀਆਂ ਸਹੁਰੇ ਘਰ ਜਾ ਕੇ ਕਹਿਣ ਲੈ ਇੱਥੇ ਕੀ ਹੈ, ਮੇਰੇ ਪੇਕੇ ਘਰ ਤਾਂ ਤਿੰਨ ਵਕਤ ਤਾਜ਼ੀ ਸਬਜ਼ੀ ਬਣਦੀ ਹੈ, ਅਸੀਂ ਤਾਂ ਕੱਪੜੇ ਜਾ ਕੇ ਫਲਾਨੀ ਮਾਰਕੀਟ ਤੋਂ ਖਰੀਦੀ ਦੇ ਨੇ, ਮੈਂ ਤਾਂ ਬ੍ਰਾਂਡ ਤੋਂ ਘੱਟ ਕੱਪੜਾ ਹੀ ਨਹੀਂ ਪਾਉਂਦੀ, ਉਹ ਪੇਕਿਆਂ ਦੀ ਉਸਤਤ ਕਰੇ, ਸਹੁਰੇ ਘਰ ਦੇ ਮਾਹੌਲ ਨੂੰ ਐਕਸੈਪਟ ਨਹੀਂ ਕਰ ਸਕੀ, ਉਸ ਨਿੰਦਿਆ ਵਿੱਚ ਉਸ ਉਸਤਤ ਦੀ ਝਗੜੀ, ਉੱਧਰ ਉਸਤਤ ਸਹੁਰਿਆਂ ਦੀ ਨਿੰਦਿਆ, ਉੱਥੇ ਕੀ ਹੈ, ਕੱਖ ਵੀ ਨਹੀਂ, ਫਿਰ ਨਹੀਂ ਵਸੇਗਾ, ਉਹਨੂੰ ਤਿਆਗਣਾ ਪੈਣਾ ਉਹ ਸਭ।
ਜਿਹੋ ਜਿਹੇ ਮਾਹੌਲ ਵਿੱਚ ਜਿਸ ਤਰ੍ਹਾਂ ਦੇ ਪਰਿਵਾਰ ਵਿੱਚ ਉਹ ਬੱਚੀ ਜਾ ਰਹੀ ਹੈ ਉਹਦੇ ਮੁਤਾਬਕ ਆਪਣਾ ਮਾਨਸਿਕ ਅੰਦਰ ਦਾ ਸਿਸਟਮ ਉਹਨੂੰ ਬਦਲਣਾ ਪਏਗਾ। ਇਹੀਓ ਪਾਤਸ਼ਾਹ ਨੇ ਬਾਣੀ ਅੰਦਰ ਬਚਨ ਕਿਹਾ, ਭਾਈ ਜੇ ਵਸੇਵਾ ਕਰਨਾ ਫਿਰ ਅਫਟਰ ਮਹਿਰਜ ਹਰ ਪਹਿਲੜੀ ਲਾ ਪਰ ਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ, ਆਪਣੇ ਅੰਦਰ ਪਰਿਵਰਤਨ ਲਿਆਉਣਾ ਪਏਗਾ, ਤਬਦੀਲੀ ਲਿਆਉਣੀ ਪਏਗੀ। ਅਫਟਰ ਮੈਰਿਜ ਜਿਹੜੇ ਲੋਕ ਆਪਣੀਆਂ ਹੈਬਿਟਸ ਨਹੀਂ ਚੇਂਜ ਕਰਦੇ ਉਹਨਾਂ ਦੀ ਜ਼ਿੰਦਗੀ ਵਿੱਚ ਪ੍ਰੋਬਲਮਸ ਰਹਿੰਦੀਆਂ। ਤੁਸੀਂ ਵੇਖਿਓ ਜਦੋਂ ਵਿਆਹ ਦੇ ਕਾਰਡ ਛਪਾਉਂਦੇ ਹੋ ਉਹਦੇ ਉੱਤੇ ਲਿਖਿਆ ਹੁੰਦਾ ਕਾਕਾ ਜੀ ਜਾਂ ਉੱਧਰੋਂ ਪਾਸਿਓਂ ਬੇਟੀ, ਆ ਸਾਡੇ ਬੇਟੇ ਦਾ ਵਿਆਹ ਹੈ, ਸਪੁੱਤਰ ਸਪੁੱਤਰੀ, ਇਹੀ ਲਿਖਿਆ ਹੁੰਦਾ। ਆਨੰਦ ਕਾਰਜ ਤੋਂ ਬਾਅਦ ਇੱਕ ਨਵਾਂ ਰਿਸ਼ਤਾ ਹੁੰਦਾ, ਉਹਦੇ ਬਾਰੇ ਪਹਿਲਾਂ ਨਹੀਂ ਕਿਸੇ ਕਾਰਡ ਉੱਤੇ ਲਿਖਿਆ ਜਾਏਗਾ, ਨਾ ਪਹਿਲਾਂ ਉਸ ਰਿਸ਼ਤੇ ਨਾਲ ਸੰਬੋਧਨ ਕੀਤਾ ਜਾਣਾ। ਜਦੋਂ ਚਾਰ ਲਾਵਾਂ ਹੋਣੀਆਂ ਉਦੋਂ ਅੰਤ ਅਤੇ ਸੁਹਾਗਣ ਦਾ ਰਿਸ਼ਤਾ ਗੁਰੂ ਕੋਲੋਂ ਸ਼ੁਰੂ ਹੋਣਾ, ਪਤੀ ਅਤੇ ਪਤਨੀ ਦਾ ਰਿਸ਼ਤਾ ਚਾਰ ਲਾਵਾਂ ਤੋਂ ਬਾਅਦ ਸ਼ੁਰੂ ਹੋਣਾ। ਔਰ ਜੇ ਉਹ ਰਿਸ਼ਤਾ ਸ਼ੁਰੂ ਹੋਇਆ ਉਹਦੀਆਂ ਰਿਸਪੋਂਸੀਬਿਲਟੀਜ਼ ਵੀ ਨੇ, ਉਹਦੀਆਂ ਜ਼ਿੰਮੇਵਾਰੀਆਂ ਨੇ। ਵਿਆਹ ਤੋਂ ਪਹਿਲਾਂ, ਮੈਰਿਜ ਤੋਂ ਪਹਿਲਾਂ ਲੜਕਾ ਜਿਹੜਾ ਉਹ ਆਪਣੇ ਫਰੈਂਡਾਂ ਵਿੱਚ 9 ਵਜੇ ਤੱਕ ਬਹਿੰਦਾ ਹੈ, 10 ਵਜੇ ਤੱਕ ਬਹਿੰਦਾ। ਤੁਸੀਂ ਸਾਰੇ ਆਪਾਂ ਬੱਚਿਆਂ ਵਾਲੇ ਹਾਂ, ਜਦੋਂ ਬੱਚਾ ਜਵਾਨ ਹੋ ਜਾਂਦਾ ਮਾਂ ਪਿਓ ਦਾ ਉੱਤੇ ਬਹੁਤਾ ਜ਼ੋਰ ਨਹੀਂ ਰਹਿੰਦਾ। ਤੁਸੀਂ 9 ਵਜੇ ਉਹਨੂੰ ਫੋਨ ਕਰੋ ਰਾਤ ਨੂੰ, ਉਹ ਕਹਿੰਦਾ ਮੰਮਾ ਕੀ ਫੋਨ ਕਰੀ ਜਾਂਦੇ, ਮੈਂ ਆਪਣੇ ਫਰੈਂਡਾਂ 'ਚ ਬੈਠਾ, ਆ ਜਾਂਗਾ। ਤੁਸੀਂ ਕਿੰਨੀ ਕੁ ਵਾਰ ਉਹਨੂੰ ਕਾਲ ਕਰੋਗੇ, ਕਿੰਨੇ ਕੁ ਦਿਨ ਉਹਨੂੰ ਕਹੋਗੇ, ਉਹ ਜਿੱਦੀ ਹੋ ਜਾਏਗਾ। ਮਾਂ ਪਿਓ ਨੂੰ ਕਹਿ ਦਿੰਦਾ ਮੈਂ ਹੁਣ ਬੱਚਾ ਥੋੜ੍ਹੀ ਹੈ, ਮੈਂ ਆ ਜਾਂਗਾ, ਮੈਂ ਆਪਣੇ ਫਰੈਂਡਾਂ 'ਚ ਬੈਠਾ, ਕੋਈ ਬਰਥਡੇ ਪਾਰਟੀ ਚੱਲਦੀ, ਕੋਈ ਆਹ ਚੱਲਦਾ। ਉਹ ਜਵਾਬ ਦਿੰਦਾ ਤੁਹਾਨੂੰ, ਤੁਸੀਂ ਵਾਰ ਵਾਰ ਨਹੀਂ ਉਹਨੂੰ ਟੋਕ ਰੋਕ ਸਕਦੇ। ਪਰ ਆਫਟਰ ਮੈਰਿਜ ਉਹਨੂੰ ਸਮਝਾਉਣ ਦੀ ਲੋੜ ਹੈ, ਅੱਜ ਤੋਂ ਬਾਅਦ ਤੇਰੀ ਜ਼ਿੰਮੇਵਾਰੀ ਵੱਧ ਗਈ ਹੈ, ਹੁਣ ਤੈਨੂੰ ਘਰ ਦਾ, ਤੂੰ ਪਤੀ ਹੋਣ ਦਾ ਤੈਨੂੰ ਇੱਕ ਰਿਸ਼ਤਾ ਮਿਲਿਆ, ਹੁਣ ਤੇਰੀ ਜ਼ਿੰਮੇਵਾਰੀ ਵੱਧ ਗਈ ਹੈ, ਹੁਣ ਤੈਨੂੰ ਘਰ ਵਿੱਚ ਕੋਈ ਉਡੀਕ ਰਿਹਾ। ਔਰ ਮੈਂ ਅਕਸਰ ਕਹਿੰਦਾ ਹੁੰਦਾ ਜਿਸ ਘਰ ਵਿੱਚ ਸਵਾਣੀ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਜਾਗਣ ਲੱਗ ਜਾਏ, ਸੂਰਜ ਚੜ੍ਹਨ ਤੋਂ ਪਹਿਲਾਂ ਘਰ ਦੀ ਮਾਲਕ ਸਵਾਣੀ ਜਾਗਣ ਲੱਗ ਜਾਏ, ਔਰ ਸੂਰਜ ਡੁੱਬਣ ਤੋਂ ਪਹਿਲਾਂ ਬੰਦਾ ਕੰਮ ਤੋਂ ਘਰ ਆਉਣ ਲੱਗ ਜਾਏ, ਉਸ ਘਰ ਵਿੱਚ ਬਰਕਤਾਂ ਵੀ ਪੈਂਦੀਆਂ ਅਤੇ ਸਵਰਗ ਵੀ ਬਣ ਜਾਂਦਾ। ਜਿੱਥੇ ਕੋਈ ਟਾਈਮ ਟੇਬਲ ਨਹੀਂ ਹੈ, ਪਤਨੀ ਦੀ ਇੱਕ ਜ਼ਿੰਮੇਵਾਰੀ ਬਣ ਗਈ, ਉਹਨੇ ਪਤੀ ਦਾ ਹਿਸਾਬ ਮੰਗਣਾ। ਜੀ 6 ਵਜੇ ਦੀ ਜੌਬ ਮੁੱਕੀ ਹੈ, 8 ਵਜ ਗਏ, ਕਿੱਥੇ ਰਹੇ ਹੋ, ਤੁਹਾਡੀ ਤਨਖਾਹ ਇੰਨੀ ਸੀ ਤੇ ਇੰਨੀ ਆਈ ਹੈ, ਬਾਕੀ ਕਿੱਧਰ ਗਈ। ਉਹਦਾ ਪੁੱਛਣਾ ਅਧਿਕਾਰ ਹੈ, ਜਿਹੜੇ ਨਹੀਂ ਪੁੱਛਦੇ ਉਹਨਾਂ ਦੇ ਘਰਾਂ ਵਿੱਚ ਅੱਗੇ ਜਾ ਕੇ ਫਿਰ ਬਹੁਤ ਪ੍ਰੋਬਲਮਸ ਕ੍ਰੀਏਟ ਹੁੰਦੀਆਂ। ਪਾਤਸ਼ਾਹ ਲਾਮ ਵਿੱਚ ਹੀ ਕਹਿਣਗੇ ਨੇ, ਜਦੋਂ ਦੂਜੀ ਲਾਮ ਤੁਸੀਂ ਇਹ ਸ਼ਬਦ ਲਿਖਿਆ ਹੋਇਆ, ਜਦੋਂ ਦੂਸਰੀ ਲਾਮ ਵਿੱਚ ਅੱਗੇ ਜਾਓਗੇ ਉੱਥੇ ਲਿਖਿਆ ਹੋਣਾ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵਿਖੇ ਰਾਮ ਹਦੂਰੇ। ਪਤੀ ਪਤਨੀ ਨੇ ਇੱਕ ਦੂਜੇ ਦਾ ਨਿਰਮਲ ਭਉ ਭਉ ਮੀਨਿੰਗ ਡਰ ਡਰ ਰੱਖਣਾ। ਪਤੀ ਆਪਣੀ ਪਤਨੀ ਤੋਂ ਡਰੇ ਔਰ ਪਤਨੀ ਆਪਣੇ ਪਤੀ ਦਾ ਡਰ ਰੱਖੇ। ਨਿਰਮਲ ਭਉ, ਜਿਹੜੀ ਗੱਲੋਂ ਪਤੀ ਨਾਰਾਜ਼ ਹੁੰਦਾ ਪਤਨੀ ਉਹ ਗਲਤੀ ਨਾ ਕਰੇ, ਜਿਹੜੀ ਗੱਲੋਂ ਪਤਨੀ ਨਾਰਾਜ਼ ਹੋ ਰਹੀ ਹੈ ਪਤੀ ਉਹ ਗਲਤੀ ਨਾ ਕਰੇ। ਇਹ ਜ਼ਿੰਦਗੀ ਸਵਰਗ ਬਣ ਜਾਂਦੀ, ਇਸ ਤੋਂ ਉੱਪਰ ਦੁਨੀਆਂ 'ਚ ਕੋਈ ਸਵਰਗ ਨਹੀਂ ਹੈ, ਇਸ ਤੋਂ ਉੱਪਰ, ਇਸ ਰਿਸ਼ਤੇ ਤੋਂ ਉੱਪਰ ਦੁਨੀਆਂ 'ਚ ਕੋਈ ਸਵਰਗ ਨਹੀਂ। ਤੁਸੀਂ ਬੱਚੇ ਵੱਡੇ ਕਰ ਲਓਗੇ, ਪੜ੍ਹਾ ਲਿਖਾ ਕੇ ਵਿਆਹ ਦਓਗੇ, ਅਖੀਰ ਦੋਵਾਂ ਜਣਿਆਂ ਦਾ ਰਿਸ਼ਤਾ ਦੁੱਖ ਸੁੱਖ ਵਿੱਚ ਦੋਏ ਇਕੱਠੇ ਰਹਿ ਜਾਣਗੇ। ਮਾਫ਼ ਕਰਿਓ, ਬਿਰਧ ਅਵਸਥਾ ਵਿੱਚ ਪੁੱਤ ਪੋਤੇ, ਪੋਤੇ ਪੋਤੀਆਂ ਆਪਣਾ ਜੁਦਾ ਪੜ੍ਹਦੇ ਨੇ, ਮੇਰੀ ਪੜ੍ਹਾਈ ਹੈ, ਮੇਰੇ ਐਗਜ਼ਾਮ ਚੱਲਦੇ ਨੇ, ਤੁਹਾਡੇ ਕੋਲ ਨਹੀਂ ਬੈਠਣਗੇ। ਪੁੱਤਰ ਧੀਆਂ ਜਿਹੜੇ ਪੁੱਤਰ ਨੋਹਾਂ ਉਹਨਾਂ ਦੇ ਕੰਮ ਨਹੀਂ ਮੁੱਕਣਗੇ। ਭਾਈ ਆਪਾਂ ਜਿਹੜੇ ਪਤੀ ਪਤਨੀ ਜਦੋਂ ਰਹਿ ਜਾਣੇ ਉਹੀ ਇੱਕ ਦੂਜੇ ਦੇ ਦੁੱਖ ਸੁੱਖ ਦੇ ਸਾਥੀ, ਉਹ ਰਿਸ਼ਤਾ ਸਭ ਤੋਂ ਵੱਡਾ ਸਵਰਗ ਵਾਲਾ ਰਿਸ਼ਤਾ।
ਉਸ ਚੀਜ਼ ਨੂੰ ਸਮਝਣ ਦੀ ਜ਼ਰੂਰਤ ਹੈ। ਉਹ ਅਖੀਰ ਤੱਕ ਤਾਂ ਨਿਭਣਾ ਜੇ ਮਰਿਆਦਾ ਵਿੱਚ ਹੋਏਗਾ। ਮਰੀਆ ਭਾਵ ਮਰਿਆਦਾ ਵਿੱਚ ਚੱਲਣ ਵਾਲਾ ਪਾਣੀ ਬਹੁਤ ਦੂਰ ਤੱਕ ਜਾਂਦਾ ਹੈ, ਸਾਗਰ ਤੱਕ ਪਹੁੰਚ ਜਾਂਦਾ ਹੈ। ਰਿਸ਼ਤਾ ਮਰਿਆਦਾ ਵਿੱਚ ਚੱਲੇ ਤਾਂ ਬਹੁਤ ਸੁੱਖ ਹੁੰਦੇ ਨੇ ਇਸ ਰਿਸ਼ਤੇ ਵਿੱਚ। ਇਹਦੀ ਮਰਿਆਦਾ ਕੀ ਹੈ? ਪਹਿਲੀ ਆਪਣਾ ਆਦਤ ਬਦਲਣੀ, ਦੂਜਾ ਉਹਨਾਂ ਦਰੜਾਇਆ ਵੱਲ ਰਾਮ ਜੀਓ, ਵਿਸ਼ਵਾਸ ਰੱਖਣਾ ਇੱਕ ਦੂਜੇ 'ਤੇ, ਪਤੀ ਪਤਨੀ ਦਾ ਇੱਕ ਦੂਜੇ 'ਤੇ ਵਿਸ਼ਵਾਸ ਹੋਣਾ ਚਾਹੀਦਾ। ਸਭ ਤੋਂ ਕੀਮਤੀ ਚੀਜ਼ ਵਿਸ਼ਵਾਸ ਹੈ। ਜੇ ਦੋਵਾਂ ਵਿੱਚ ਵਿਸ਼ਵਾਸ ਹੈ, ਰਿਸ਼ਤਾ ਬੜਾ ਸੁੱਖਾਂ ਨਾਲ ਨਿਭਦਾ। ਜੇ ਵਿਸ਼ਵਾਸ ਨਹੀਂ, ਫਿਰ ਇਹ ਰਿਸ਼ਤਾ ਨਹੀਂ ਅੱਗੇ ਤੁਰਦਾ। ਸਭ ਤੋਂ ਕੀਮਤੀ ਚੀਜ਼ ਵਿਸ਼ਵਾਸ। ਕਦੇ ਬੇਵਿਸ਼ਵਾਸੀ ਨਹੀਂ ਲਿਆਉਣੀ ਦੋਵਾਂ ਨੇ ਇੱਕ ਦੂਜੇ ਵਿੱਚ। ਇਹ ਅਸੀਂ ਸਮਝਾਉਣਾ ਸੀ ਲੋਕਾਂ ਨੂੰ, ਇੱਕ ਦੂਜੇ ਉੱਤੇ ਵਿਸ਼ਵਾਸ ਰੱਖਣਾ ਸੀ, ਇੱਕ ਦੂਜੇ ਦਾ ਨਿਰਮਲ ਭਾਉ ਰੱਖਣਾ ਸੀ। ਔਰ ਅਗਲੀ ਗੱਲ, ਇਹ ਅੱਜ ਦੀ ਟੈਨਸ਼ਨ ਦੀ ਜ਼ਿੰਦਗੀ ਵਿੱਚ ਹਰ ਬੰਦੇ ਨੂੰ ਕ੍ਰੋਧ ਬਹੁਤ ਆਉਂਦਾ ਹੈ, ਗੁੱਸਾ ਬਹੁਤ ਆਉਂਦਾ ਹੈ। ਇਹ ਧਰਮ ਦਾ ਰਿਸ਼ਤਾ ਪਤਾ ਗ੍ਰਸਤ ਧਰਮ ਹੈ ਕਿਉਂ ਕਿਹਾ? ਲੋਕ ਕਹਿੰਦੇ ਨੇ ਮੇਰੀ ਧਰਮ ਪਤਨੀ ਹੈ, ਉਹਦਾ ਭਾਵ ਹੀ ਇਹ ਹੈ। ਜੇ ਪਤੀ ਨੂੰ ਗੁੱਸਾ ਆਵੇ, ਪਤਨੀ ਦਾ ਧਰਮ ਹੈ, ਉਨੀ ਦੇਰ ਉਹ ਚੁੱਪ ਰਵੇ, ਸ਼ਾਂਤ ਰਵੇ, ਮੋਹਰੇ ਆਰਗੂਮੈਂਟ ਨਾ ਕਰੇ। ਇੱਕ ਚੁੱਪ ਸੌ ਸੁੱਖ, ਮੇਰੀਆਂ ਤਾਂ ਸਿੱਧੀਆਂ ਗੱਲਾਂ ਨੇ। ਬੰਦੇ ਨੂੰ ਕਿਹੜਾ ਲਿਖ ਕੇ ਦਿੱਤਾ ਹੋਇਆ ਸਟਾਮ ਤੇ ਵੀ ਤੂੰ ਗੁੱਸਾ ਕਰਨਾ? ਬੀਬੀ ਨੂੰ ਵੀ ਕ੍ਰੋਧ ਆ ਸਕਦਾ ਕਦੇ? ਕਈ ਲੋਕ ਕਹਿੰਦੇ ਨੇ ਜੀ ਡਰਦੇ ਆਪਣੇ ਪਤਨੀ ਤੋਂ। ਨਹੀਂ ਭਾਈ, ਇਹ ਭੈ ਵਾਲਾ ਰਿਸ਼ਤਾ ਗੁਰੂ ਨੇ ਕਿਹਾ, ਨਿਰਮਲ ਭਉ ਪਾਇਆ ਗੁਰੂ ਨੇ ਕਿਹਾ, ਇਸ ਰਿਸ਼ਤੇ ਵਿੱਚ ਡਰ ਹੋਣਾ ਚਾਹੀਦਾ। ਐ ਨਾ ਕਹੀ ਜਾਵੇ ਵੀ ਜੀ ਇਹ ਤਾਂ ਆਪਣੀ ਪਤਨੀ ਤੋਂ ਡਰਦਾ। ਆਪੋ ਆਪਣੇ ਘਰ ਨੂੰ ਸਵਰਗ ਬਣਾਉਣਾ ਆਪਣੇ ਹੱਥ ਵਿੱਚ। ਭਾਈ ਗੁਰਦਾਸ ਸਾਹਿਬ ਨੇ ਕਿਹਾ, ਨਹਿਰ ਕੋ ਕੁਵਾਰ ਕੰਨਿਆ ਲਾਡਲੀ ਕੇ ਜਾਣੀ ਆ, ਤਾਂ ਵਿਆਹੇ ਸਸੁਰਾਰ ਜਾਏ ਗੁੰਨਨ ਕੇ ਮਾਨੀ ਹੈ। ਕਹਿੰਦੇ ਪੇਕੇ ਘਰ ਦਾ ਲਾਡਲੀ ਆ, ਦੁੱਧ ਉੱਬਲ ਜਾਏ, ਮਾਂ ਕਦੇ ਵੀ ਨਹੀਂ ਕਹਿੰਦੀ ਮੇਰੀ ਬੱਚੀ ਤੋਂ ਗਲਤੀ ਹੋਈ ਹੈ। ਚੰਗੀ ਤਰ੍ਹਾਂ ਉੱਤੋਂ ਮਸ਼ੀਨ 'ਚ ਕੱਪੜੇ ਨਾ ਧੋ ਹੋਣ, ਮਾਂ ਕਦੇ ਵੀ ਨਹੀਂ ਕਹਿੰਦੀ ਮੇਰੀ ਬੱਚੀ ਤੋਂ ਗਲਤੀ ਹੋਈ ਹੈ। ਅੱਛਾ, ਦੇਰ ਨਾਲ ਉੱਠੇ ਧੀ, 9 ਵਜੇ ਜਾਗੇ, ਛੁੱਟੀ ਵਾਲੇ ਦਿਨ 10 ਵਜੇ ਜਾਗੇ, ਮਾਂ ਕਦੇ ਵੀ ਨਹੀਂ ਕਹਿੰਦੀ ਤੂੰ ਲੇਟ ਉੱਠ ਰਹੀ ਹੈ। ਕਿਉਂ? ਲਾਡ ਕਰਦੀ ਹੈ, ਕੱਲ ਮੇਰੀ ਧੀ ਥੱਕ ਗਈ, ਪੜ੍ਹਾਈ ਬਹੁਤ ਸੀ, ਕੱਲ ਇਹਨੂੰ ਕੰਮ ਬਹੁਤ ਸੀ, ਉਹ ਉਹਨੂੰ ਲਾਡ ਕਰਦੀ ਹੈ। ਜਦੋਂ 9 ਘਰ ਵਿੱਚ ਆ ਜਾਂਦੀ ਹੈ, ਉਹ ਦੇਰ ਨਾਲ ਉੱਠੇ, ਉਹਨੂੰ ਔਗਣ ਮੰਨਿਆ ਜਾਂਦਾ, ਉਹਨੂੰ ਔਗਣ ਮੰਨਿਆ ਜਾਂਦਾ, ਦੇਰ ਨਾਲ ਕਿਉਂ ਉੱਠੀ ਹੈ? ਭਾਈ ਗੁਰਦਾਸ ਜੀ ਨੇ ਸਮਝਾਇਆ, ਆਫਟਰ ਮੈਰਿਜ ਤੇਰੀ ਰਿਸਪੋਂਸੀਬਿਲਟੀ ਵੱਧ ਗਈ ਹੈ, ਹੁਣ ਉਹ ਚੀਜ਼ ਨਹੀਂ। ਨਹਿਰ ਕੋ ਕੁਵਾਰ ਕੰਨਿਆ ਲਾਡਲੀ ਕੇ ਮਾਨੀਆ, ਵਿਆਹੇ ਸਸੁਰਾਰ ਜਾਏ ਗੁਣਨ ਕੇ ਮਾਨੀਏ, ਉੱਥੇ ਗੁਣ ਵੇਖੇ ਜਾਣਗੇ, ਉੱਥੇ ਅੰਮ੍ਰਿਤ ਵੇਲਾ ਉੱਠਣਾ ਗੁਣ ਵਿੱਚ ਹੈ। ਹੁਣ ਅਸੀਂ ਹਰੇਕ ਚੀਜ਼ ਵਿੱਚ ਬਰਾਬਰਤਾ ਚਾਹੁੰਦੇ ਹਾਂ, ਆਹ ਚੀਜ਼ ਵੀ ਇਸਦਾ ਬਰਾਬਰ ਹੋਣਾ ਚਾਹੀਦਾ। ਖੈਰ, ਜੇ ਬੱਚੇ ਜਾਂ ਉਹ ਬੱਚੀ ਨਹੀਂ ਰਹੇ, ਉਹਦੀ ਜ਼ਿੰਮੇਵਾਰੀ ਉਹਨੂੰ ਸਮਝਾਓ ਕੀ ਹੈ। ਇਹ ਨਾ ਮਾਂ ਕਵੇ ਵੀ ਤੂੰ ਫਿਕਰ ਹੀ ਨਾ ਕਰੀ। ਜਦੋਂ ਫੋਨ ਕਰਨਾ, ਮਾਂ ਦਾ ਫਰਜ਼ ਧੀ ਨੂੰ ਸਹੁਰੇ ਘਰ ਫੋਨ ਕਰਕੇ ਪੁੱਛਣਾ ਹੁੰਦਾ, ਪੁੱਤ ਠੀਕ ਠਾਕ ਹੈ ਸਭ, ਤੇਰੀ ਸੱਸ ਕਿੱਦਾਂ, ਤੇਰੇ ਸਹੁਰੇ ਕਿੱਦਾਂ ਨੇ। ਇਹ ਨਹੀਂ ਪੁੱਛਣਾ ਵੀ ਤੈਨੂੰ ਕੁਛ ਕਹਿੰਦੀ ਤੇ ਨਹੀਂ ਤੇਰੀ ਸੱਸ, ਅਸੀਂ ਗੱਲ ਹੀ ਇੱਥੋਂ ਸ਼ੁਰੂ ਕਰਦੇ ਹਾਂ। ਧੀਆਂ ਨੂੰ ਸ਼ਿਕਸ਼ਾ ਹੀ ਇਸ ਤਰੀਕੇ ਨਾਲ ਦੇਣੀ ਸ਼ੁਰੂ ਕਰ ਦਿੱਤੀ। ਪਹਿਲੀਆਂ ਮਾਵਾਂ ਤੁਹਾਡੇ 'ਚ ਬਜ਼ੁਰਗ ਬੈਠੇ ਨੇ, ਬੱਚੀ ਨੂੰ ਇਹ ਕਹਿਣਾ, ਪੁੱਤ ਤੁਹਾਨੂੰ ਅਸੀਂ ਬਹੁਤ ਔਖੇ ਹੋ ਕੇ ਪਾਲਿਆ, ਬਹੁਤ ਔਖੇ ਹੋ ਕੇ ਪੜ੍ਹਾਇਆ, ਬੜੇ ਔਖੇ ਹੋ ਕੇ ਤੁਹਾਨੂੰ ਇੱਥੋਂ ਤੱਕ ਪੁੱਤ ਪਾਲ ਕੇ ਪੜ੍ਹਾ ਕੇ ਵੱਡੇ ਕੀਤਾ। ਪੁੱਤ ਗ੍ਰਿਸਤੀ ਵਿੱਚ, ਪਰਿਵਾਰਾਂ ਵਿੱਚ ਬਹੁਤ ਮੁਸ਼ਕਲਾਂ ਆਉਂਦੀਆਂ ਨੇ, ਬੜੀਆਂ ਉੱਪਰ ਥੱਲੇ ਗੱਲਾਂ ਹੁੰਦੀਆਂ, ਪੁੱਤ ਛੋਟੀ ਛੋਟੀ ਗੱਲ ਉੱਤੇ ਰੁੱਸੀ ਦਾ ਨਹੀਂ। ਇਹ ਮਾਂ ਨੇ ਸਮਝਾਉਣਾ ਸੀ, ਛੋਟੀ ਛੋਟੀ ਗੱਲ ਉੱਤੇ ਨਾਰਾਜ਼ ਨਹੀਂ ਹੋਈਦਾ, ਛੋਟੀ ਛੋਟੀ ਗੱਲ 'ਤੇ ਗੁੱਸੇ ਨਹੀਂ ਹੋਈਦਾ, ਛੋਟੀਆਂ ਛੋਟੀਆਂ ਗੱਲਾਂ ਪੁੱਤ ਸਹੁਰੇ ਘਰੋਂ ਆ ਕੇ ਪੇਕੇ ਨਹੀਂ ਦੱਸੀ ਦੀਆਂ,
ਕਿਉਂ ਤੂੰ ਉਸ ਘਰ ਦੀ ਮਾਲਕ ਹੈ, ਬੱਚੇ ਪਾਲੇ ਨੇ, ਜੇ ਮਾਂ ਐ ਦੱਸੇ ਫਿਰ ਤਾਂ ਧੀ ਬੜੇ ਸੁੱਖਾਂ ਨਾਲ ਸੱਸ ਸਹੁਰੇ ਦੀ ਸੇਵਾ ਕਰੇਗੀ, ਤੇ ਜੇ ਮਾਂ ਐ ਕੰਨ ਚ ਕਹਿ ਦੇ ਵੀ ਤੂੰ ਫਿਕਰ ਨਾ ਕਰੀ ਮਾੜਾ ਜਿਹਾ ਫੋਨ ਕਰਦੇ ਅਸੀਂ ਆਏ, ਉਹ ਚੌਥੇ ਦਿਨ ਕਰ ਦਿੰਦੀ ਹੈ, ਉਹ ਚੌਥੇ ਦਿਨ ਹੀ ਸ਼ਿਕਾਇਤਾਂ ਲਾਉਣ ਲੱਗ ਪੈਂਦੀ। ਤੁਸੀਂ ਆਪਣੀ ਜੀਵਨ ਚ ਝਾਤ ਮਾਰੋ ਕਿੰਨੇ ਕਸ਼ਟ ਸਹਿ ਕੇ ਬੱਚੇ ਪਾਲੇ ਨੇ, ਆਪਾਂ ਉਹ ਬੱਚਿਆਂ ਨੂੰ ਉਸ ਵਾਸਤੇ ਮੈਂਟਲੀ ਪ੍ਰਪੇਅਰ ਕਰਨਾ, ਇਹ ਤੇ ਮੁਸ਼ਕਲ ਆਉਂਦੀਆਂ ਰਹਿੰਦੀਆਂ ਨੇ, ਛੋਟੀ ਮੋਟੀ ਗੱਲਾਂ ਤਾਂ ਘਰਾਂ ਵਿੱਚ ਹੁੰਦੀਆਂ ਰਹਿੰਦੀਆਂ ਨੇ। ਜਦੋਂ ਇਸ ਤਰੀਕੇ ਨਾਲ ਪਰਿਵਾਰ ਵਿੱਚ ਰਵਾਂਗੇ ਫਿਰ ਅਦ ਵੱਧ ਹੈ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੀ ਇਕਲੌਤੀ ਧੀ ਦਾ ਵਿਆਹ ਕੀਤਾ, ਪੰਜਾਂ ਭਰਾਵਾਂ ਦੀ ਇਕਲੌਤੀ ਭੈਣ ਹੈ ਬੀਬੀ ਵੀਰੋ, ਮੀਰੀ ਪੀਰੀ ਦੇ ਮਾਲਕ ਦੀ ਧੀ ਹੈ ਔਰ ਪੰਜਾਂ ਭਰਾਵਾਂ ਦੀ ਭੈਣ ਹੈ। ਵੱਡੇ ਬਾਬਾ ਗੁਰਦਿੱਤਾ ਜੀ, ਬਾਬਾ ਅਣੀ ਰਾਏ, ਬਾਬਾ ਅਟਲ ਰਾਏ, ਬਾਬਾ ਸੂਰਜਮਲ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਪੰਜਾਂ ਭਰਾਵਾਂ ਦੀ ਭੈਣ ਹੈ। ਤੇ ਜਦੋਂ ਮਹਾਰਾਜ ਡੋਲੀ ਬਿਠਾਉਣ ਲੱਗੇ ਨਾ ਘਰੋਂ ਤੋਰਨ ਲੱਗੇ, ਇੱਕ ਗੱਲ ਕਹੀ, ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਜ਼ਿਕਰ ਆਇਆ, ਕਹਿੰਦੇ ਧੀਏ ਦੁਨੀਆਂ ਦਾ ਹਰ ਬਾਪ ਆਪਣੀ ਬੱਚੀ ਨੂੰ ਦਾਜ ਦਿੰਦਾ ਹੈ, ਪਰ ਜਿਹੜਾ ਦਾਜ ਕੱਪੜੇ ਲੱਤੇ ਦਾ ਹੁੰਦਾ ਉਹ ਪੰਜਾਂ ਦਸਾਂ ਸਾਲਾਂ ਬਾਅਦ ਪੁਰਾਣਾ ਪੈ ਜਾਂਦਾ। ਜਿਹੜਾ ਦਾਜ ਲੋਕ ਦਿੰਦੇ ਨੇ ਪੋਤੇ ਤੇ ਪੁਰਾਣਾ ਪੈ ਜਾਂਦਾ, ਟੁੱਟ ਭੱਜ ਜਾਂਦਾ। ਇੱਕ ਦਾਜ ਮੈਂ ਤੈਨੂੰ ਧੀਏ ਦੇਣਾ, ਇਹਨੂੰ ਸਾਂਭ ਕੇ ਰੱਖੀ, ਜਾ ਤੇਰਾ ਲੋਕ ਦਾ ਘਰ ਵੀ ਸੁਖੀ ਰਹੇਗਾ, ਅੱਗੇ ਪਰਲੋਕ ਵੀ ਸਵਰੇਗਾ। ਵਿਆਹ ਹੋ ਕੇ ਹਟੇ, ਡੋਲੀ ਬਿਠਾਉਣ ਲੱਗੇ ਨੇ, ਖਲੋਤੇ ਨੇ, ਹੱਥ ਜੋੜ ਲਏ ਇਸ ਤਰ੍ਹਾਂ, ਮਹਾਰਾਜ ਦਿਓ, ਕਿਉਂਕਿ ਪ੍ਰਸ਼ਾਦ ਇੱਦਾਂ ਲਈਦਾ ਨਾ, ਇੱਦਾਂ ਪ੍ਰਸ਼ਾਦ ਲਈਦਾ। ਇਸ ਲਈ ਜਦੋਂ ਲਾਵਾਂ ਹੋਣ ਉਦੋਂ ਦੋਵਾਂ ਸੁਭਾਗ ਭਰੀ ਜੋੜੀ ਦੇ ਹੱਥ ਇੱਦਾਂ ਜੁੜੇ ਰਹਿਣੇ ਚਾਹੀਦੇ ਨੇ, ਪਰ ਹੁਣ ਕਲਯੁੱਗ ਇੰਨਾ ਵੱਧ ਗਿਆ, ਮੈਂ ਹੈਰਾਨ ਹੁੰਦਾ ਲਾਵਾਂ 'ਤੇ ਬੈਠੇ ਵੀ ਮੋਬਾਇਲ ਨਹੀਂ ਛੱਡਦੇ ਹੋ, ਲਾਵਾਂ 'ਤੇ ਬੈਠੇ ਵੀ ਮੋਬਾਇਲ ਚੱਲ ਰਿਹਾ। ਇਹ ਸਾਨੂੰ ਸੁਚੇਤ ਹੋ ਕੇ ਟੁੱਕਣਾ ਪੈਣਾ। ਲੋਕਾਂ ਦੇ ਕੋਲ ਵਕਤ ਨਹੀਂ ਹੈ, ਰਾਤ ਨੂੰ 12 ਵਜੇ ਤੱਕ ਡੀਜੇ ਚੱਲਦੇ ਰਹਿੰਦੇ, ਕੋਈ ਨਹੀਂ ਰੋਕਦਾ, ਬੰਦ ਕਰ ਦਿਓ। ਸਵੇਰੇ 10-11 ਵਜੇ ਤੱਕ ਟਾਈਆਂ ਨਹੀਂ ਸੂਤ ਆਉਂਦੀਆਂ, ਕੋਟ ਪੈਂਟ ਨਹੀਂ ਸੂਤ ਆਉਂਦੇ, ਕੋਈ ਨਹੀਂ ਕਹਿੰਦਾ ਵੀ ਛੇਤੀ ਚੱਲੀਏ, ਫਿਰ ਢੋਲ ਵੱਜਣਗੇ, ਬੈਂਡ ਵੱਜਣਗੇ, ਬਾਜੇ ਵੱਜਦੇ ਰਹਿਣਗੇ, ਕੋਈ ਵੀ ਨਹੀਂ ਕਹਿੰਦਾ ਵੀ ਛੇਤੀ ਕਰੋ ਲੇਟ ਹੋ ਗਏ। ਪਰ ਜਦੋਂ 1:30-2 ਵਜੇ ਗੁਰਦੁਆਰੇ ਪਹੁੰਚਣਗੇ ਫਿਰ ਕਹਿੰਦੇ ਭਾਈ ਸਾਹਿਬ ਲੇਟ ਬਹੁਤ ਤਾਂ ਛੇਤੀ ਕਰ ਦਿਓ, ਉਹ ਤਾਂ ਸਵੇਰ ਦੇ ਬੈਠੇ ਹੁੰਦੇ ਨੇ ਦੇਗ ਬਣਾ ਕੇ ਬੰਦ ਕਰ ਦਿੰਦੇ, ਉਹਦੇ ਵਾਸਤੇ 20 ਮਿੰਟ, ਉਹਦੇ ਲਈ ਤਾਂ 2-2.5 ਘੰਟੇ ਹੋਣੇ ਚਾਹੀਦੇ ਸੀ। ਉਸ ਅਨੰਦ ਕਾਰਜ ਤੇ ਤਾਂ ਕੋਈ ਗੁਰੂ ਗਿਆਨੀ ਸਿੰਘ ਸਾਹਿਬ ਬੁਲਾਉਣੇ ਚਾਹੀਦੇ, ਜਿਹੜੇ ਸਮਝਾਉਂਦੇ ਬੇਟਾ ਇਸ ਤਰੀਕੇ ਨਾਲ ਤੁਸੀਂ ਨਿਭਣਾ ਜ਼ਿੰਦਗੀ ਵਿੱਚ ਰਹਿਣਾ, ਆਪਣੀ ਲਾਈਫ ਦੇ ਤਜਰਬੇ ਦੱਸ, ਪਰ ਸਾਡੇ ਕੋਲ ਵਕਤ ਨਹੀਂ, ਫਿਰ ਅਸੀਂ ਦੋਸ਼ ਕਿਹਨੂੰ ਦਿੰਦੇ, ਖੁਦ ਦੋਸ਼ੀਆਂ ਸੀ, ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾ ਆਪਣੇ। ਸਾਧ ਸੰਗਤ ਦੇ ਛੇਵੇਂ ਪਾਤਸ਼ਾਹ ਜਦੋਂ ਧੀ ਨੂੰ ਤੋਰਨ ਲੱਗੇ ਕਹਿੰਦੇ ਦਾਜ ਲੈ ਪੁੱਤ, ਹੱਥ ਜੋੜੇ ਮਹਾਰਾਜ ਦਿਓ। ਹੁਣ ਮੇਰੇ ਮੀਰੀ ਪੀਰੀ ਦੇ ਮਾਲਕ ਬੋਲੇ, ਕਹਿੰਦੇ ਸੁਣ ਪੁੱਤਰੀ ਪ੍ਰਾਣਨ ਤੇ ਪਿਆਰੀ, ਮੇਰੀ ਇਹ ਪ੍ਰਾਣਾ ਤੋਂ ਪਿਆਰੀ ਏ ਧੀਏ ਸੁਣ, ਪਿਓ ਵਾਸਤੇ ਧੀ ਪ੍ਰਾਣਾ ਤੋਂ ਪਿਆਰੀ ਹੈ, ਉਹਨੂੰ ਇੰਨੀ ਪ੍ਰੋਪਰਟੀ ਪਿਆਰੀ ਨਹੀਂ ਹੈ, ਉਹਨੂੰ ਇੰਨੇ ਪੁੱਤ ਪਿਆਰੇ ਨਹੀਂ ਜਿੰਨੇ ਪਿਓ ਨੂੰ ਧੀ ਪਿਆਰੀ ਹੁੰਦੀ ਹੈ। ਬਾਲ ਕੰਨਿਆਂ ਕੋ ਬਾਪ ਪਿਆਰਾ, ਭਾਈ ਕੋ ਅਤ ਭਾਈ। ਪਾਤਸ਼ਾਹ ਕਹਿੰਦੇ ਸੁਣ ਪੁੱਤਰੀ ਪ੍ਰਾਨਨ ਤੇ ਪਿਆਰੀ, ਜਿਸ ਤੇ ਵੈਸ ਬਿਥੈ ਸੁਖ ਕਾਰੀ। ਵੈਸ ਮੀਨਿੰਗ ਉਮਰ, ਤੇਰੀ ਉਮਰ ਸੁੱਖਾਂ ਨਾਲ ਲੰਘੇ, ਪਿਤਾ ਜੀ ਦੱਸੋ ਫਿਰ ਕੀ ਕਰਨਾ। ਕਹਿੰਦੇ ਪੁੱਤ ਤੂੰ ਪਿਓ ਦੇ ਘਰ ਵਿੱਚ ਪਿਓ ਦੀ ਆਗਿਆ ਚ ਰਹੀ ਹੈ, ਹੁਣ ਤੂੰ ਪਤੀ ਦੇ ਘਰ ਚੱਲੀ ਹੈ,
ਉਹ ਘਰ ਤੇਰਾ ਘਰ ਬਣਨਾ, ਉਹ ਘਰ ਦੀ ਮਾਲਕ ਤੋਂ ਤਾਂ ਬਣਨਾ ਜੇ ਪਤੀ ਦੀ ਆਗਿਆ ਵਿੱਚ ਚੱਲੇਗੀ। ਜੇ ਪਤੀ ਨਾਲ ਰਿਸ਼ਤਾ ਨਿਭ ਗਿਆ, ਪੁੱਤ ਫਿਰ ਸਾਰੇ ਰਿਸ਼ਤੇ ਨਿਭ ਜਾਣਗੇ, ਨਨਾਣ ਦਾ, ਦਰਾਣੀ ਦਾ, ਜਠਾਣੀ ਦਾ, ਦੇਵਰ ਦਾ, ਜੇਠ ਦਾ, ਸੱਸ ਦਾ, ਸਹੁਰੇ, ਸਾਰੇ ਰਿਸ਼ਤੇ ਸੁੱਕਦਾ ਹੀ। ਜੇ ਉਹਦੇ ਨਾਲ ਨਾ ਨਿਭਿਆ ਕੋਈ ਰਿਸ਼ਤਾ ਵੀ ਨਹੀਂ। ਜੇ ਤੂੰ ਚਾਹੁੰਦੀ ਹੈ ਤੇਰੇ ਘਰ 'ਚ ਸਵਰਗ ਰਵੇ, ਫਿਰ ਪਹਿਲੀ ਗੱਲ ਇੱਕ ਹੋਰ ਸੁਣ। ਮੈਂ ਪੰਜਾਬ 'ਚ ਵੇਖਣਾ, ਉੱਥੇ ਪਹਿਲਾਂ ਸੱਸਾਂ ਵਿਗਾੜ ਲੈਂਦੀਆਂ ਨੇ ਨੋਹਾਂ ਨੂੰ।